ਹੁਣ ਕੀ ਚਰਚਾ ਆ ਗਈ ਮਿੰਟੋ ਜੀ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਗਈ ਘਟਾਰੂ ਚੱਪ ਜੀ ਇੱਕ ਵਾਰੀ ਹੋਰ ਘਟਾਰੂ ਚੱਪ ਉਹ ਇੱਕ ਵਾਰੀ ਹੋਰ ਤੋਂ ਐ ਲੱਗਦਾ ਨਾ ਕਿ ਜਿੱਦਾਂ ਕੋਈ ਵੀਡੀਓ ਹੋਰ ਆ ਗਿਆ ਹਾਂਜੀ ਐਦਾਂ ਦਾ ਕੁਝ ਨਹੀਂ ਮਾਮਲਾ ਆਏਗਾ ਕਈ ਵਾਰੀ ਪਲੇਖਾ ਖਾ ਜਾਂਦੇ ਹਾਂਜੀ ਹਾਂਜੀ ਬਲ੍ਹਾ ਵੀਡੀਓ ਨਾ ਮੰਗਣੀਆਂ ਸ਼ੁਰੂ ਕਰ ਦੇਣ ਲੋਕੋ ਜੀ ਕਿ ਇਹਨਾਂ ਦੇ ਕੋਲ ਸ਼ਾਇਦ ਇੱਕ ਹੋਰ ਆ ਗਈ ਆ ਐਸਾ ਕੁਝ ਨਹੀਂ ਹੈ ਦੇਖੋ ਗੱਲ ਕੀ ਹੈ ਕਿ ਉਹ ਜ਼ਮੀਨ ਦਾ ਰੌਲਾ ਹੀ ਆ ਨਰੋਟ ਜੈਮਲ ਸਿੰਘ ਦੇ ਗੋਲ ਨਾ ਜ਼ਮੀਨ ਆ ਪਠਾਨਕੋਟ ਏਰੀਆ ਦਾ ਮਾਮਲਾ ਹਾਂਜੀ ਗੋਲ ਪੰਚਾਇਤ ਕੁਛ ਇਸ ਤਰ੍ਹਾਂ ਦਾ ਪਿੰਡ ਦਾ ਨਾਮ ਆ ਬੇਚਰਾ ਕੁਛ ਇਸ ਤਰ੍ਹਾਂ ਦਾ ਨਾਮ ਆ ਜੀ ਤਾਂ ਉਹਦੇ ਚ ਬੜੀ ਚਰਚਾ ਚੱਲਣ ਰਹੀ ਹੈ ਹੁਣ 92 ਕਿੱਲੇ ਪੈ ਲਈ ਆ ਹਿਸਾਬ ਲਾ ਲਓ 92 ਕਿੱਲੇ ਫਿਗਰ ਦੇਖੋ ਮੈਚ ਕੀਤਾ 92 ਵਿਧਾਇਕ ਨੇ ਬਣੇ 92 ਵਿਧਾਇਕ ਤੇ 92 ਕਿੱਲੇ ਜਿਹੜੇ ਆ ਉਹ ਇਸ ਵੇਲੇ ਰੌਲੇ ਦਾ ਸਬਬ ਬਣੇ ਪਏ ਆ ਜੀ ਉਹ ਇੱਥੇ ਤੇ ਹਾਕਮ ਵਖਤ ਡੀ ਵਾਲੇ ਨੇ ਗਾਣਾ ਗਾਇਆ ਸੀ ਛੜਾ ਜੇਠ ਨਹੀਂ ਛੜਦਾ ਕਬਜਾ ਪੰਜ ਕਨਾਲਾਂ ਦਾ ਤੇ ਜਿਹੜਾ 92 ਕਿੱਲੇ ਲੈ ਕੇ ਬੈਠਾ ਵੀ ਕਿੱਥੇ ਛੱਡੂਗਾ ਜੀ ਤੇ ਉਹ ਜਿਸ ਤਰੀਕੇ ਦੇ ਨਾਲ 92 ਕਿੱਲੇ ਜਾਂ ਕਹਿ ਲਓ ਕਿ ਕਰੀਬ 100 ਕਿੱਲਾ ਰਕਬਾ ਗਿਆ ਹੈ ਉਹਦੀ ਚਰਚਾ ਇਸ ਵੇਲੇ ਖੂਬ ਹੈ ਜੀ ਇੱਕ ਤੇ ਆ ਕਿ ਜਿਹਦੇ ਕੋਲ ADC ਦਾ ਚਾਰਜ ਸੀ ਕੁਲਦੀਪ ਸਿੰਘ ਉਹਦੀ ਤੇ ਮੰਜੀ ਠੋਕ ਜਾਣੀ ਆ ਕਿਉਂਕਿ ਚੀਫ ਸੈਕਟਰੀ ਨੇ ਉਹਦੇ ਤੇ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਆ ਜੀ ਉਹ ਕਿਉਂ ਨਹੀਂ ਹੋ ਰਿਹਾ ਉਹ ਭਾਈ ਹੁਣ ਸਰਕਾਰੀ ਦੱਸ ਸਕਦੀ ਆ ਕਿ ਭਾਈ ਰੋਕ ਕੇ ਕਾਤੋਂ ਬੈਠੇ ਜੇ ਕਮੋਰਤ ਘੜਾਉਣਾ ਪਰਚਾ ਕਰਾਉਣ ਵਾਸਤੇ ਹਾਂਜੀ ਤੇ ਗੱਲ ਇਹ ਆ ਕਿ ਕਟਾਰੂ ਚੱਕ ਦੀ ਚਰਚਾ ਇਸ ਕਰਕੇ ਜ਼ਿਆਦਾ ਹੈ ਕਿ ਕਟਾਰੂ ਚੱਕ ਨੇ ਸਿਫਾਰਿਸ਼ ਕੀਤੀ ਸੀ ਕਮਾਲ ਇਹ ਹੋਇਆ ਕਿ 20 ਫਰਵਰੀ ਤੱਕ ਦੱਸਦੇ ਆ ਕਿ ਕੁਲਦੀਪ ਸਿੰਘ ਬੀ ਡੀ ਪੀਓ ਸੀ 21 ਨੂੰ ਬਣ ਗਿਆ ਡੀ ਡੀ ਪੀਓ 21 ਨੂੰ ਡੀ ਡੀ ਪੀਓ ਬਣ ਗਿਆ 24 ਨੂੰ ਬਣ ਜਾਂਦਾ ਏ ਡੀ ਸੀ ਟਾਰੂ ਚੱਕ ਦੀ ਸफारਸ਼ ਨਾਲ ਤੇ 27 ਨੂੰ ਚੱਕ ਕੇ ਉਹ ਜਿਹੜੀ ਪਟੀਸ਼ਨਾਂ ਪਈਆਂ ਸੀਗੀਆਂ ਜ਼ਮੀਨ ਦੀਆਂ ਉਹਨਾਂ ਦੇ ਨਾਂ ਤੇ ਉਹ ਦਿਹਾਲਤਾ ਦਿਖਵਾਉਂਦਾ ਚੱਕੋ ਵੀ ਜ਼ਮੀਨ 27 ਨੂੰ ਹੋ ਗਈ ਬਾਈ ਬਾਈ ਤੇ 28 ਨੂੰ ਦੱਸ ਦੇ ਕੇ ਰਿਟਾਇਰ ਉਹ ਹੋ ਗਈ ਕਮਾਨ ਨਹੀਂ ਕਰ ਗਿਆ ਮੈਂ ਕਹਿੰਦਾ ਜੀ ਸੁਪਰ ਫਾਸਟ ਜਿਵੇਂ ਉਹ ਫਾਸਟ ਟਰੈਕ ਕੋਟਾ ਨਹੀਂ ਕੰਮ ਕਰਦੀਆਂ ਮੈਨੂੰ ਲੱਗਦਾ ਉਹ ਵੀ ਦੇਖ ਕੇ ਸਿੱਖਣ ਗਿਆ ਇਹਦੇ ਤੋਂ ਵੀ ਕੰਮ ਕਿਦਾਂ ਕਰੀਦਾ ਫਾਸਟ ਟਰੈਕ ਤੇ ਭਾਈ ਫਿਰ ਸਵਾਲ ਤਾਂ ਉੱਠਣਗੇ ਜੇ ਇਦਾਂ ਫਾਸਟ ਹਾਂਜੀ ਹਾਲਾਂਕਿ 2022 ਦੇ ਵਿੱਚ ਇਨਾ ਪਟੀਸ਼ਨਾਂ ਦੇ ਮੱਦੇਨਜ਼ਰ ਪੰਚਾਇਤ ਨੂੰ ਨਿਸ਼ਾਨਦੇਹੀ ਦੇ ਹੁਕਮ ਬਤੌਰ ਬੀ ਡੀ ਪੀਓ ਕੁਲਦੀਪ ਸਿੰਘ ਨੇ ਦਿੱਤੇ ਆ ਅੱਜ ਵਿਸ਼ਵ ਭਾਰਤੀ ਦੀ ਬਹੁਤ ਵਧੀਆ ਰਿਪੋਰਟ ਲੱਗੀ ਆ ਤੇ ਤੇ ਟ੍ਰਿਬਿਊਨ ਜੀ ਜੇ ਤੁਸੀਂ ਪੜੋਗੇ ਤਾਂ ਇਹ ਸੁਖਪਾਲ ਸਿੰਘ ਨੇ ਮਾਮਲਾ ਚੁੱਕਿਆ ਸੀ ਖਹਿਰਾ ਸਾਹਿਬ ਨੇ ਪਹਿਲਾਂ ਤਾਂ ਉਹ ਮਾਮਲਾ ਉਸ ਵੇਲੇ ਸੁਰਖੀਆਂ ਚ ਆਇਆ ਸੀਗਾ ਜਿਸ ਵੇਲੇ ਉਹ ਆਪ ਦੀ ਗੱਲ ਵੀ ਕਰ ਰਹੇ ਸੀਗੇ ਜੀ ਕਿ ਭਗਵੰਤ ਮਾਨ ਇਦਾਂ ਕਰ ਰਿਹਾ ਆ ਉਦਾਂ ਕਰ ਰਿਹਾ ਤਾਂ ਕਹਿੰਦਾ ਮਤਲਬ ਇਹ ਆ ਕਿ ਹੁਣ ਸਾਰੀ ਜੜ ਜਿਹੜੀ ਆ ਨਾ ਉਹ ਪਤਾ ਲੱਗ ਗਈ ਕਿ ਅਸਲ ਦੇ ਵਿੱਚ ਇਹ ਕਹਾਣੀ ਕਿੱਥੋਂ ਤੁਰੀ ਹੁਣ ਕਟਾਰੂ ਚੱਕ ਸਾਹਿਬ ਕਹਿੰਦੇ ਕਿ ਇਹ ਤਾਂ ਰੁਟੀਨ ਦੇ ਕੰਮ ਹੁੰਦੇ ਆ ਜੀ ਸਫਾਰਸ਼ ਵਗੈਰਾ ਤਾਂ ਦੇਖੋ ਸਾਡਾ ਹੁਣ ਇਹਦੇ ਵਿੱਚ ਕੀ ਆ ਜੀ ਪਰ ਗੱਲ ਇਹ ਆ ਕਿ ਬਾਈ ਉਹ ਆਂਦੇ ਹੁੰਦੇ ਆ ਨਾ ਕਿ ਜੰਮਣ ਵਾਲੇ ਛੁੱਟ ਗਏ ਤੇ ਸਿਹੜਨ ਵਾਲੇ ਫਸ ਗਏ ਜੀ ਹੁਣ ਕੁਲਦੀਪ ਸਿੰਘ ਨਾਲ ਕੀ ਬਣਦਾ ਇਹ ਪਤਾ ਨਹੀਂ ਪਰ ਇੱਥੇ ਤਾਂ ਦੀਪ ਬੁਝਾ ਗਿਆ ਉਹ ਜੀ 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 ਤੇ ਇਧਰੋਂ ਜੀ ਇੱਕ ਕੰਟਰੀਬਿਊਸ਼ਨ ਹੋਈ ਹੈ ਮਿੰਟੂ ਜੀ ਤੇ ਪੰਜਾਬ ਜੀ ਚਲੋ ਧੰਨਵਾਦ ਨਾਲ ਹੀ ਇਧਰੋਂ ਚੇਤਨ ਜੀ ਇਹ ਚਲੋ ਤੁਹਾਡਾ ਵੀ ਧੰਨਵਾਦ ਕੰਟਰੀਬਿਊਟ ਕੀਤਾ ਮਿੰਟੂ ਜੀ ਮੈਂ ਇੱਕ ਜਰਾ ਸਵਾਲ ਜ਼ਰੂਰ ਲੈਣਾ ਚਾਹੂੰਗਾ ਮਾਫ ਕਰਨਾ ਵੈਸੇ ਸਮਾਲ मोस्ट ਹੋਈ ਗਿਆ ਆਪਣਾ ਮਨੀਪੁਰ ਕਨੇਕ ਜੀ ਹਾਈਲਾਈਟ ਕੀਤਾ ਨਿਊਯਾਰਕ ਟਾਈਮਜ਼ ਨੇ ਹੈਂਡਲਬਰਗ ਰਿਪੋਰਟ ਕੀਤੀ ਹੈ ਬੀਬੀਸੀ ਡਾਕੂਮੈਂਟਰੀ ਕੀਤੀ ਹੈ ਹੋਰ ਕਾਫੀ ਚੀਜ਼ਾਂ ਕੀਤੀਆਂ ਨੇ ਕਨੇਕ ਵੀ ਕਿ ਜਿਹੜਾ ਇੰਡੀਆ ਜਿਹੜਾ ਇਹ ਬਣਿਆ ਗੱਠ ਜੁੜੇ ਮੋਦੀ ਨੂੰ ਜਿਹੜਾ ਉਹ ਸੁੱਟ ਲੇਗਾ ਜੀ ਕਨੇਕ ਜੀ ਇਹਦੇ ਕੋਈ ਜਿ ਟਿੱਪਣੀ ਜ਼ਰੂਰ ਕਰ ਗੱਲ ਇਹ ਆ ਕਿ ਇਹਨਾਂ ਦਾ ਨੈਰੇਟਿਵ ਬੜਾ ਦਮਦਾਰ ਹੁੰਦਾ ਹੈ ਜੀ ਭਾਜਪਾ ਵਾਲਿਆਂ ਦਾ ਜੀ ਮੇਰੇ ਨਾਲ ਕੁਝ ਲੋਕ ਹੈ ਸਹਿਮਤ ਹੋ ਸਕਦੇ ਆ ਉਹਦਾ ਸਵਾਗਤ ਆ ਜੀ ਪਰ ਮੇਰਾ ਮੰਨਣਾ ਹੈ ਕਿ ਹਾਲੇ ਦਿੱਲੀ ਦੂਰ ਹੈ ਜੀ ਜੇ ਨੇੜੇ ਕਰ ਲੈਣ ਪੈਂਡਾ ਖਿੱਚ ਲੈਣਾ ਤਾਂ ਕੋਈ ਵੱਡੀ ਗੱਲ ਵੀ ਨਹੀਂ ਹੈ ਜੀ ਤਾਂ ਮੁੱਦੇ ਤਾਂ ਇਹਨਾਂ ਦੇ ਕੋਲ ਹੈਗੇ ਆ ਜੀ ਮੁੱਦੇ ਤੇ ਪਿਛਲੀ ਵਾਰੀ ਕਿੰਨੇ ਤਕੜੇ ਸੀ ਇਹਨਾਂ ਦੇ ਕੋਲ ਜੀ ਨੋਟਬੰਦੀ ਤੋਂ ਲੈ ਕੇ ਰਫੈਲ ਤੱਕ ਬਹੁਤ ਮੁੱਦੇ ਤਕੜੇ ਸੀਗੇ ਪਰ ਤੁਸੀਂ ਦੇਖਿਆ ਨਾ ਨੈਰੇਟਿਵ ਇਹਨਾਂ ਦਾ ਕਿੰਨਾ ਤਕੜਾ ਹੈ ਇਹਨਾਂ ਨੇ ਜੋੜ ਦਿੱਤਾ ਤੁਸੀਂ ਕੱਲ ਇੱਕ ਗੱਲ ਨੋਟ ਕੀਤੀ ਹੋਣੀ ਹੈ ਆ ਜਿਹੜੇ ਹੈਗੇ ਹਨ ਰਾਗ ਠਾਕਰ ਜੀ ਆਪਣੇ ਗਵਾਂਢੀ ਇਹਨਾਂ ਨੇ ਨਿਊਜ਼ ਕਲਿੱਕ ਦਾ ਸਾਰਾ ਖਾਕਾ ਜਿਹੜਾ ਕੱਢ ਕੇ ਕਿਹਾ ਦੇਖੋ ਜੀ ਕੀ ਕੁਛ ਸੀ ਤੇ ਫਿਰ ਉਸ ਤੋਂ ਬਾਅਦ ਚਾਈਨਾ ਦੇ ਡੋਨੇਸ਼ਨ ਦਾ ਮਾਮਲਾ ਜੋੜ ਦਿੱਤਾ ਕਿ ਨਿਊਜ਼ ਕਲਿੱਕ ਨੂੰ ਇਹ ਸਪੋਰਟ ਕਰ ਰਹੇ ਸੀ ਕਾਂਗਰਸੀ ਜੀ ਜਦ ਕਿ ਸਿੰਘ ਮਾਨਾ ਦਾ ਇੱਕ ਵਪਾਰੀ ਉਹਦੇ ਥਰੂ ਨਿਊਜ਼ ਕਲਿੱਕ ਨੂੰ ਚਾਈਨਾ ਫੰਡਿੰਗ ਕਰ ਰਿਹਾ ਸੀ ਜੀ ਆਹ ਨੈਰੇਟਿਵ ਜਚਾ ਤੱਕ ਨਹੀਂ ਇਹਦਾ ਹੁਣ ਤੋੜ ਕਿਵੇਂ ਲੱਭੋਗੇ ਤੁਸੀਂ ਜੀ ਤਾਂ ਉਹ ਜਿਹੜੀਆਂ ਰਿਪੋਰਟਾਂ ਹੁੰਦੀਆਂ ਉਹ ਤਾਂ ਕਹਿੰਦੇ ਨੇ ਕਿ ਵਿਦੇਸ਼ ਦੇ ਵਿੱਚ ਬਦਨਾਮੀ ਸਾਡੀ ਇਹ ਕਰਦੇ ਆ ਜੀ ਟੁਕੜੇ ਟੁਕੜੇ ਗੈਂਗ ਪਤਾ ਨਹੀਂ ਕਿਹਾ ਕੁਝ ਕਹਿੰਦੇ ਆ ਤਾਂ ਉਸ ਨੈਰੇਟਿਵ ਦਾ ਕਾਊਂਟਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਜੀ ਇਹ ਦੇਖਣਾ ਹੋਏਗਾ ਮੁੱਦੇ ਤਾਂ ਤਕੜੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਇਸ ਵਾਰੀ ਵੀ ਹੈ ਕਿ ਹੈਗੇ ਨੇ ਮੁੱਦੇ ਪਰ ਉਹਨਾਂ ਮੁੱਦਿਆਂ ਨੂੰ ਪਨਾਹ ਪਾਉਂਦੇ ਆ ਕਿ ਨਹੀਂ ਇਹ ਇਹ ਵੇਖਣਾ ਹੋਏਗਾ ਇਸ ਕਰਕੇ ਠੀਕ ਕਿਹਾ ਕੁਛ ਥਾਮਾਂ ਤੇ ਟੱਕਰ ਤਾਂ ਜ਼ਬਰਦਸਤ ਹੋਣ ਦੀ ਸੰਭਾਵਨਾ ਵੱਜੀ ਆ ਪਰ ਹਾਲੇ ਸਮਾਂ ਪਿਆ ਦੇਖੋ ਕੀ ਬਣਦਾ ਜੀ ਜੀ ਹੁਣ ਕੀ ਚਰਚਾ ਆ ਗਈ ਮਿੰਟੋ ਜੀ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਗਈ ਘਟਾਰੂ ਚੱਪ ਜੀ ਇੱਕ ਵਾਰੀ ਹੋਰ ਘਟਾਰੂ ਚੱਪ ਉਹ ਇੱਕ ਵਾਰੀ ਹੋਰ ਤੋਂ ਐ ਲੱਗਦਾ ਨਾ ਕਿ ਜਿੱਦਾਂ ਕੋਈ ਵੀਡੀਓ ਹੋਰ ਆ ਗਿਆ ਹਾਂਜੀ ਇਦਾਂ ਦਾ ਕੁਝ ਨਹੀਂ ਮਾਮਲਾ ਹੈਗਾ ਕਈ ਵਾਰੀ ਪਲੇਖਾ ਖਾ ਜਾਂਦੇ ਹਾਂ ਜੀ ਹਾਂਜੀ ਹਾਂਜੀ ਬੜਾ ਵੀਡੀਓ ਨਾ ਮੰਗਣੀਆਂ ਸ਼ੁਰੂ ਕਰ ਦੇਣ ਲੋਕ ਜੀ ਕਿ ਇਹਨਾਂ ਦੇ ਕੋਲ ਸ਼ਾਇਦ ਇੱਕ ਹੋਰ ਆ ਗਿਆ ਐਸਾ ਕੁਝ ਨਹੀਂ ਹੈ ਦੇਖੋ ਗੱਲ ਕੀ ਹੈ ਕਿ ਉਹ ਜ਼ਮੀਨ ਦਾ ਰੌਲਾ ਹੀ ਆ ਨਰੋਟ ਜੈਮਲ ਸਿੰਘ ਦੇ ਕੋਲ ਨਾ ਜ਼ਮੀਨ ਆ ਪਠਾਨਕੋਟ ਏਰੀਆ ਦਾ ਮਾਮਲਾ ਹਾਂਜੀ ਗੋਲ ਪੰਚਾਇਤ ਕੁਛ ਇਸ ਤਰ੍ਹਾਂ ਦਾ ਪਿੰਡ ਦਾ ਨਾਮ ਆ ਜੀ ਬੇਚਾਰਾ ਕੁਛ ਇਸ ਤਰ੍ਹਾਂ ਦਾ ਨਾਮ ਆ ਜੀ ਤਾਂ ਉਹਦੇ 'ਚ ਬੜੀ ਚਰਚਾ ਚੱਲਣ ਰਹੀ ਹੈ ਹੁਣ 92 ਕਿੱਲੇ ਪੈ ਲਈ ਆ ਉਹ حساب ਲਾ ਲੋ 92 ਕਿੱਲੇ ਫਿਗਰ ਦੇਖੋ ਮੈਚ ਕੀਤਾ 92 ਵਿਧਾਇਕ ਨੇ ਬਣੇ 92 ਵਿਧਾਇਕਾਂ ਤੇ 92 ਕਿੱਲੇ ਜਿਹੜੇ ਆ ਉਹ ਇਸ ਵੇਲੇ ਰੌਲੇ ਦਾ ਸਬਬ ਬਣੇ ਪਏ ਆ ਜੀ ਹੁਣ ਇੱਥੇ ਤੇ ਹਾਕਮ ਵਖਤ ਡੀ ਵਾਲੇ ਨੇ ਗਾਣਾ ਗਾਇਆ ਸੀ ਛੜਾ ਜੇਠ ਨਹੀਂ ਛੱਡਦਾ ਕਬਜਾ ਪੰਜ ਕਨਾਲਾਂ ਦਾ ਤੇ ਜਿਹੜਾ 92 ਕਿੱਲੇ ਲੈ ਕੇ ਬੈਠਾ ਵੀ ਕਿੱਥੇ ਛੱਡੂਗਾ ਜੀ ਤੇ ਉਹ ਜਿਸ ਤਰੀਕੇ ਦੇ ਨਾਲ 92 ਕਿੱਲੇ ਜਾਂ ਕਹਿ ਲੋ ਕਿ ਕਰੀਬ 100 ਕਿੱਲਾ ਰਕਬਾ ਗਿਆ ਹੈ ਉਹਦੀ ਚਰਚਾ ਇਸ ਵੇਲੇ ਖੂਬ ਹੈ ਜੀ ਇੱਕ ਤੇ ਆ ਕਿ ਜਿਹਦੇ ਕੋਲ ਏਡੀਸੀ ਦਾ ਚਾਰਜ ਸੀ ਕੁਲਦੀਪ ਸਿੰਘ ਉਹਦੀ ਤੇ ਮੰਜੀ ਠੋਕ ਜਾਣੀ ਆ ਕਿਉਂਕਿ ਚੀਫ ਸੈਕਟਰੀ ਨੇ ਉਹਦੇ ਤੇ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਆ ਜੀ ਉਹ ਕਿਉਂ ਨਹੀਂ ਹੋ ਰਿਹਾ ਉਹ ਭਾਈ ਹੁਣ ਸਰਕਾਰੀ ਦੱਸ ਸਕਦੀ ਆ ਕਿ ਭਾਈ ਰੋਕ ਕੇ ਕਾਤੋਂ ਬੈਠੇ ਜੇ ਕਿ ਮੋਰਤ ਘੜਾਉਣਾ ਪਰਚਾ ਕਰਾਉਣ ਵਾਸਤੇ ਹਾਂਜੀ ਤੇ ਗੱਲ ਇਹ ਆ ਕਿ ਕਟਾਰੂ ਚੱਕ ਦੀ ਚਰਚਾ ਇਸ ਕਰਕੇ ਜ਼ਿਆਦਾ ਹੈ ਕਿ ਕਟਾਰੂ ਚੱਕ ਨੇ ਸਿਫਾਰਿਸ਼ ਕੀਤੀ ਸੀ ਕਮਾਲ ਇਹ ਹੋਇਆ ਕਿ 20 ਫਰਵਰੀ ਤੱਕ ਦੱਸਦੇ ਆ ਕਿ ਕੁਲਦੀਪ ਸਿੰਘ ਬੀ ਡੀ ਪੀਓ ਸੀ 21 ਨੂੰ ਬਣ ਗਿਆ ਡੀ ਡੀ ਪੀਓ 21 ਨੂੰ ਡੀ ਡੀ ਪੀਓ ਬਣ ਗਿਆ 24 ਨੂੰ ਬਣ ਜਾਂਦਾ ਏ ਡੀ ਸੀ ਕਟਾਰੂ ਚੱਕ ਦੀ ਸਿਫਾਰਿਸ਼ ਨਾਲ ਤੇ 27 ਨੂੰ ਚੱਕ ਕੇ ਉਹ ਜਿਹੜੀ ਪਟੀਸ਼ਨਾਂ ਪਈਆਂ ਸੀਗੀਆਂ ਜ਼ਮੀਨ ਦੀਆਂ ਉਹਨਾਂ ਦੇ ਨਾਂ ਤੇ ਉਹ ਵਿਆਲਤਾ ਦਿਖਵਾਉਂਦਾ ਚੱਕੋ ਵੀ ਜ਼ਮੀਨ 27 ਨੂੰ ਹੋ ਗਈ ਬਾਈ ਬਾਈ ਤੇ 28 ਨੂੰ ਦੱਸਦੇ ਕੇ ਰਿਟਾਇਰ ਉਹੋ ਕਮਾਨ ਨਹੀਂ ਕਰਕੇ ਮੈਂ ਕਹਨਾ ਜੀ ਸੁਪਰ ਫਾਸਟ ਜਿਵੇਂ ਉਹ ਫਾਸਟ ਟਰੈਕ ਕੋਟਾ ਨਹੀਂ ਕੰਮ ਕਰਦੀਆਂ ਮੈਨੂੰ ਲੱਗਦਾ ਉਹ ਵੀ ਦੇਖ ਕੇ ਸਿੱਖਣ ਗਿਆ ਇਹਦੇ ਤੋਂ ਵੀ ਕੰਮ ਕਿਦਾਂ ਕਰੀਦਾ ਫਾਸਟ ਟਰੈਕ ਤੇ ਭਾਈ ਫਿਰ ਸਵਾਲ ਤਾਂ ਉੱਠਣਗੇ ਜੇ ਇਦਾਂ ਫਾਸਟ ਹਾਂਜੀ ਹਾਲਾਂਕਿ 2022 ਦੇ ਵਿੱਚ ਇਨਾ ਪਟੀਸ਼ਨਾਂ ਦੇ ਮੱਦੇ ਨਜ਼ਰ ਪੰਚਾਇਤ ਨੂੰ ਨਿਸ਼ਾਨਦੇਹੀ ਦੇ ਹੁਕਮ ਬਤੌਰ ਬੀਡੀਪੀਓ ਕੁਲਦੀਪ ਸਿੰਘ ਨੇ ਦਿੱਤੇ ਆ ਅੱਜ ਵਿਸ਼ਵ ਭਾਰਤੀ ਦੀ ਬਹੁਤ ਵਧੀਆ ਰਿਪੋਰਟ ਲੱਗੀ ਆ ਤੇ ਤੇ ਟ੍ਰਿਬਿਊਨ ਚ ਜੇ ਤੁਸੀਂ ਪੜੋਗੇ ਤਾਂ ਇਹ ਸੁਖਪਾਲ ਸਿੰਘ ਨੇ ਮਾਮਲਾ ਚੁੱਕਿਆ ਸੀ ਖੈਰਾ ਸਾਹਿਬ ਨੇ ਪਹਿਲਾਂ ਉਹ ਮਾਮਲਾ ਉਸ ਵੇਲੇ ਸੁਰਖੀਆਂ ਚ ਆਇਆ ਸੀਗਾ ਜਿਸ ਵੇਲੇ ਉਹ ਆਪ ਦੀ ਗੱਲ ਵੀ ਕਰ ਰਹੇ ਸੀਗੇ ਕਿ ਭਗਵੰਤਮਾਨ ਇਦਾਂ ਕਰ ਰਹੇ ਆ ਉਦਾਂ ਕਰ ਰਹੇ ਆ ਤਾਂ ਕਹਿੰਦਾ ਮਤਲਬ ਇਹ ਆ ਕਿ ਹੁਣ ਸਾਰੀ ਜੜ ਜਿਹੜੀ ਆ ਨਾ ਉਹ ਪਤਾ ਲੱਗ ਗਈ ਕਿ ਅਸਲ ਦੇ ਵਿੱਚ ਇਹ ਕਹਾਣੀ ਕਿੱਥੋਂ ਤੁਰੀ ਹੁਣ ਕਟਾਰੂ ਚੱਕ ਸਾਹਿਬ ਕਹਿੰਦੇ ਕਿ ਇਹ ਤਾਂ ਰੁਟੀਨ ਦੇ ਕੰਮ ਹੁੰਦੇ ਆ ਜੀ ਸਫਾਰਸ਼ ਵਗੈਰਾ ਤਾਂ ਦੇਖੋ ਸਾਡਾ ਹੁਣ ਇਹਦੇ ਚ ਕੀ ਆ ਜੀ ਪਰ ਗੱਲ ਇਹ ਆ ਕਿ ਭਾਈ ਉਹ ਆਂਦੇ ਹੁੰਦੇ ਆ ਨਾ ਕਿ ਜੰਮਣ ਵਾਲੇ ਛੁੱਟ ਗਏ ਤੇ ਸਿਹੜਨ ਵਾਲੇ ਫਸ ਗਏ ਜੀ ਹੁਣ ਕਲਦੀਪ ਸਿੰਘ ਨਾਲ ਕੀ ਬਣਦਾ ਇਹ ਪਤਾ ਨਹੀਂ ਪਰ ਇੱਥੇ ਤਾਂ ਦੀਪ ਬੁਝਾ ਗਿਆ ਉਹ ਜੀ ਜੀ ਤੇ ਇਧਰੋਂ ਜੀ ਇੱਕ ਕੰਟਰੀਬਿਊਸ਼ਨ ਹੋਈ ਹੈ ਮਿੰਟੂ ਜੀ ਤੇ ਪੰਜਾਬ ਜੀ ਚਲੋ ਧੰਨਵਾਦ ਨਾਲ ਹੀ ਇਧਰੋਂ ਚੇਤਨ ਜੀ ਹੈ ਚਲੋ ਤੁਹਾਡਾ ਵੀ ਧੰਨਵਾਦ ਕੰਟਰੀਬਿਊਟ ਕੀਤਾ ਮਿੰਟੂ ਜੀ ਮੈਂ ਇੱਕ ਜਰਾ ਸਵਾਲ ਜ਼ਰੂਰ ਲੈਣਾ ਚਾਹੂੰਗਾ ਮਾਫ ਕਰਨਾ ਵੈਸੇ ਸਮਾਲ మోਸਟ ਹੋਈ ਗਿਆ ਆਪਣਾ ਮਨੀਪੁਰ ਕਹਿੰਦੇ ਕਿ ਜੀ ਹਾਈਲਾਈਟ ਕੀਤਾ ਨਿਊਯਾਰਕ ਟਾਈਮਸ ਨੇ ਹੈਂਡਲਬਰਗ ਰਿਪੋਰਟ ਕੀਤੀ ਹੈ ਬੀਬੀਸੀ ਡਾਕੂਮੈਂਟਰੀ ਕੀਤੀ ਹੈ ਹੋਰ ਕਾਫੀ ਚੀਜ਼ਾਂ ਕੀਤੀਆਂ ਨੇ ਕਹਿੰਦੇ ਕਿ ਵੀ ਕੀ ਜਿਹੜਾ ਇੰਡੀਆ ਜਿਹੜਾ ਇਹ ਬਣਿਆ ਗੱਠ ਜੁੜੇ મોદી ਨੂੰ ਜਿਹੜਾ ਉਹ ਸੁੱਟ ਲੇਗਾ ਜੀ ਕਹਿੰਨੇ ਕਿ ਜੀ ਨਹੀਂ ਦੇਖੋ ਛੋਟੀ ਜਿਹੀ ਟਿੱਪਣੀ ਜ਼ਰੂਰ ਗੱਲ ਇਹ ਆ ਕਿ ਇਹਨਾਂ ਦਾ ਨੈਰੇਟਿਵ ਬੜਾ ਦਮਦਾਰ ਹੁੰਦਾ ਹੈ ਜੀ ਭਾਜਪਾ ਵਾਲਿਆਂ ਦਾ ਜੀ ਮੇਰੇ ਨਾਲ ਕੁਝ ਲੋਕ ਹੈ ਸਹਿਮਤ ਹੋ ਸਕਦੇ ਆ ਤਾਂ ਉਹਦਾ ਸਵਾਗਤ ਆ ਜੀ ਪਰ ਮੇਰਾ ਮੰਨਣਾ ਹੈ ਕਿ ਹਾਲੇ ਦਿੱਲੀ ਦੂਰ ਹੈ ਜੀ ਜੇ ਨੇੜੇ ਕਰ ਲੈਣ ਪੈਂਡਾ ਖਿੱਚ ਲੈਣਾ ਤਾਂ ਕੋਈ ਵੱਡੀ ਗੱਲ ਵੀ ਨਹੀਂ ਹੈ ਜੀ ਤਾਂ ਮੁੱਦੇ ਤਾਂ ਇਹਨਾਂ ਦੇ ਕੋਲ ਹੈਗੇ ਆ ਜੀ ਮੁੱਦੇ ਤੇ ਪਿਛਲੀ ਵਾਰੀ ਕਿੰਨੇ ਤਖੜੇ ਸੀ ਇਹਨਾਂ ਦੇ ਕੋਲ ਜੀ ਨੋਟਬੰਦੀ ਤੋਂ ਲੈ ਕੇ ਰਫੈਲ ਤੱਕ ਬਹੁਤ ਮੁੱਦੇ ਤਖੜੇ ਸੀਗੇ ਪਰ ਤੁਸੀਂ ਦੇਖਿਆ ਨਾ ਨੈਰੇਟਿਵ ਇਹਨਾਂ ਦਾ ਕਿੰਨਾ ਤਖੜਾ ਹੈ ਇਹਨਾਂ ਨੇ ਜੋੜ ਦਿੱਤਾ ਤੁਸੀਂ ਕੱਲ ਇੱਕ ਗੱਲ ਨੋਟ ਕੀਤੀ ਹੋਣੀ ਹੈ ਆ ਜਿਹੜੇ ਹੈਗੇ ਹਨ ਰਾਗ ਠਾਕਰ ਜੀ ਆਪਣੇ ਗਵਾਂਢੀ ਇਹਨਾਂ ਨੇ ਨਿਊਜ਼ ਕਲਿੱਕ ਦਾ ਸਾਰਾ ਖਾਕਾ ਜਿਹੜਾ ਕੱਢ ਕੇ ਕਿਹਾ ਦੇਖੋ ਜੀ ਕੀ ਕੁਛ ਸੀ ਤੇ ਫਿਰ ਉਸ ਤੋਂ ਬਾਅਦ ਚਾਈਨਾ ਦੇ ਡੋਨੇਸ਼ਨ ਦਾ ਮਾਮਲਾ ਜੋੜ ਦਿੱਤਾ ਕਿ ਨਿਊਜ਼ ਕਲਿੱਕ ਨੂੰ ਇਹ ਸਪੋਰਟ ਕਰ ਰਹੇ ਸੀ ਕਾਂਗਰਸੀ ਜੀ ਜਦ ਕਿ ਸਿੰਘ ਮਾਨਾ ਦਾ ਇੱਕ ਵਪਾਰੀ ਉਹਦੇ ਥਰੂ ਨਿਊਜ਼ ਕਲਿੱਕ ਨੂੰ ਚਾਈਨਾ ਫੰਡਿੰਗ ਕਰ ਰਿਹਾ ਸੀ ਜੀ ਆਹ ਨੈਰੇਟਿਵ ਜਿੱਚਾ ਤੱਕ ਨਹੀਂ ਇਹਦਾ ਹੁਣ ਤੋੜ ਕਿਵੇਂ ਲੱਭੋਗੇ ਤੁਸੀਂ ਜੀ ਤਾਂ ਉਹ ਜਿਹੜੀਆਂ ਰਿਪੋਰਟਾਂ ਹੁੰਦੀਆਂ ਉਹ ਤਾਂ ਕਹਿੰਦੇ ਨੇ ਕਿ ਵਿਦੇਸ਼ ਦੇ ਵਿੱਚ ਬਦਨਾਮੀ ਸਾਡੀ ਇਹ ਕਰਦੇ ਆ ਜੀ ਟੁਕੜੇ ਟੁਕੜੇ ਗੈਂਗ ਪਤਾ ਨਹੀਂ ਕਿਹਾ ਕੁਝ ਕਹਿੰਦੇ ਆ ਤਾਂ ਉਸ ਨੈਰੇਟਿਵ ਦਾ ਕਾਊਂਟਰ ਕਿਸ ਤਰ੍ਹਾਂ ਕੀਤਾ ਜਾਂਦਾ ਜੀ ਇਹ ਦੇਖਣਾ ਹੋਏਗਾ ਮੁੱਦੇ ਤਾਂ ਤਕੜੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਇਸ ਵਾਰੀ ਵੀ ਹੈ ਕਿ ਹੈਗੇ ਨੇ ਮੁੱਦੇ ਪਰ ਉਹਨਾਂ ਮੁੱਦਿਆਂ ਨੂੰ ਪਨਾਹ ਪਾਉਂਦੇ ਆ ਕਿ ਨਹੀਂ ਇਹ ਇਹ ਵੇਖਣਾ ਹੋਏਗਾ ਇਸ ਕਰਕੇ ਠੀਕ ਹੈ ਕੁਝ ਥਾਮਾਂ ਤੇ ਟੱਕਰ ਤਾਂ ਜ਼ਬਰਦਸਤ ਹੋਣ ਦੀ ਸੰਭਾਵਨਾ ਵੱਜੀ ਆ ਪਰ ਹਾਲੇ ਸਮਾਂ ਪਿਆ ਦੇਖੋ ਕੀ ਬਣਦਾ ਜੀ ਜੀ